ਕੀ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਤੁਹਾਨੂੰ ਪਤਾ ਹੈ ਬੀਜੇਪੀ ਨੇ ਐਕਟ ਪਾਸ 50 ਕਿਲੋਮੀਟਰ ਦਾ ਐਕਟ ਕੀਤਾ, ਤਾਂ ਉਹਨਾਂ ਨੇ ਸਪੋਰਟ ਕਰਨੀ ਕਰਨੀ ਹੈ, ਕਿਉਂਕਿ ਹੁਣ ਬੀਜੇਪੀ ਨਾਲ, ਅਸੀਂ ਤਾਂ ਪਹਿਲੇ ਵੀ ਕਿਹਾ ਸੀ ਕਿ ਪਿਛਲੇ 5 ਸਾਲ ਤੋਂ ਬੀਜੇਪੀ ਨਾਲ ਸਪੋਰਟ ਸੀ, ਤਾਂ ਹੁਣ ਉਹ ਸਾਹਮਣੇ ਸਾਹਮਣੇ ਹੈ। ਜਦੋਂ ਪਿਛਲੀ ਵਾਰ ਵੀ ਬੀਜੇਪੀ ਦੇ ਕਾਡਰ ਨੇ ਆਪਣੇ ਨਾਲ ਵਿਧਾਨ ਸਭਾ ਸੀ, ਇਲੈਕਸ਼ਨ 'ਚ ਵੀ ਉਹਨਾਂ ਦੀ ਮਦਦ ਕੀਤੀ ਸੀ, ਤਾਂ ਹੀ ਉਹ ਇੱਕਦਮ ਸਾਡੇ ਘੱਟ ਤੋਂ ਘੱਟ 25-26 ਸੀਟਾਂ 'ਤੇ ਸਾਡੇ 1000 ਵੋਟ ਤੋਂ ਘੱਟ ਅਸੀਂ ਦੀ ਹਾਰ ਹੋਈ। ਮੈਂ ਰਾਜਪੁਰਾ 'ਚ ਮਿਲਿਆ, ਵਪਾਰੀਆਂ ਨੂੰ ਮਿਲਿਆ, ਮੈਂ ਇੰਡਸਟਰੀ ਨੂੰ ਮਿਲਿਆ, ਮੈਂ ਲੇਬਰ ਨੂੰ ਮਿਲਿਆ, ਮੈਂ ਰੇਹੜੀ ਵਾਲਿਆਂ ਨੂੰ ਮਿਲਿਆ। ਇੱਥੇ ਬੜਾ ਦਹਿਸ਼ਤ ਦਾ ਮਾਹੌਲ ਹੈ। ਜਿਹੜੇ ਇੱਥੋਂ ਦਾ ਕਾਂਗਰਸ ਦਾ MLA ਹੈ, ਉਹ ਇੰਨਾ ਗੁੰਡਾਗਰਦੀ ਕਰ ਰਿਹਾ, ਜਿਹੜਾ ਆਵਾਜ਼ ਉਠਾਉਂਦਾ ਉਹਦੇ 'ਤੇ ਪਰਚੇ ਕੀਤੇ ਜਾਂਦੇ ਆ, ਆਫਿਸ਼ੀਅਲ ਮਸ਼ੀਨਰੀ ਨੂੰ ਮਿਸਯੂਜ਼ ਕੀਤਾ ਜਾ ਰਿਹਾ। ਇੱਥੋਂ ਦਾ ਕਾਂਗਰਸ ਦਾ MLA ਮਹੀਨਾ ਲੈਂਦਾ ਸਾਰੀ ਚੀਜ਼ਾਂ ਤੋਂ, ਡਰੱਗਸ, ਰੇਤ ਮਾਫੀਆ, ਸਾਰਾ ਕੁਛ। ਹੁਣੀ ਉਹਦੀ ਆਪਣੀ ਜਾਲੀ ਸ਼ਰਾਬ ਦੀ ਫੈਕਟਰੀ ਫੜੀ ਗਈ, ਇੱਕ MLA ਦੀ ਆਪਣੀ ਫੈਕਟਰੀ ਜਿਹੜਾ ਵੀ ਜਾਲੀ ਹੋਏ, ਅਤੇ ਇੱਥੇ ਕਸੀਨੋ ਵੀ ਖੋਲ੍ਹੇ ਪਏ ਆ ਇਲੀਗਲ ਮਹੀਨਾ ਲੈਣ ਵਾਸਤੇ। ਇਹ ਤੋਂ ਮਾੜਾ MLA ਕੋਈ ਹੋ ਨਹੀਂ ਸਕਦਾ। ਅਤੇ ਲੋਕਾਂ ਨੇ ਮੈਨੂੰ ਦੱਸੀ ਗੱਲਾਂ, ਸੁਣ ਕੇ ਹੈਰਾਨ ਹੋ ਜਾਓਗੇ ਕਿ ਆਹ ਹੋ ਰਿਹਾ ਇੱਥੇ, ਕੁਛ ਇੰਨਾ ਮਾੜਾ ਕੰਮ ਹੋ ਰਿਹਾ ਜਿਹੜਾ ਕੋਈ ਕਹਿ ਨਹੀਂ ਸਕਦਾ। ਮੈਂ ਉਹੀ ਕਹਿ ਰਿਹਾ ਕਿ ਉਹ BJP ਨਾਲ ਪਹਿਲੇ ਤੋਂ ਰਲਿਆ, ਸੋ BJP ਦੀ ਗੱਲ ਬੋਲੀ ਤਾਂ ਬੋਲਣੀ ਉਹਨਾਂ ਨੇ। ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ BSF ਦੇ ਮਾਮਲੇ 'ਚ, 50 ਕਿਲੋਮੀਟਰ ਮਾਮਲੇ 'ਚ ਡਰਾਮੇ ਕਰਨੇ ਬੰਦ ਕਰੋ। ਵਿਧਾਨ ਸਭਾ ਦਾ ਰੈਜ਼ੋਲਿਊਸ਼ਨ ਦੀ ਕੋਈ ਵੈਲਿਊ ਨਹੀਂ ਹੈ, ਤੁਸੀਂ ਕੈਬਨਿਟ 'ਚ, ਆਪਣੀ ਕੈਬਨਿਟ 'ਚ ਪਾਸ ਕਰੋ ਅਤੇ ਡਾਇਰੈਕਟ ਕਰੋ ਪੰਜਾਬ ਪੁਲਿਸ ਨੂੰ ਕਿ ਕੋਈ BSF ਦਾ ਇੰਟਰਫੇਰੈਂਸ ਅਲਾਊ ਨਹੀਂ ਕੀਤੀ ਜਾਊ। ਕੈਬਨਿਟ ਰੈਜ਼ੋਲਿਊਸ਼ਨ ਹੋਣਾ ਚਾਹੀਦਾ ਹੈ। ਉੱਥੇ ਵਿਧਾਨ ਸਭਾ ਦਾ ਰੈਜ਼ੋਲਿਊਸ਼ਨ ਪਾਰ ਕੇ ਤੁਸੀਂ ਭੇਜ ਦਿਓਗੇ, ਕੈਬਨਿਟ ਕਿਉਂ ਨਹੀਂ ਕਰੇ? ਮੈਂ ਜੇ ਸਿੰਸੇਅਰ ਹੈ, ਕਿਉਂਕਿ ਆਪਣਾ ਜਿਹੜਾ ਚੰਨੀ ਹੈ ਆਪ ਰਲਿਆ, ਆਪ ਮਨਜ਼ੂਰੀ ਦੇ ਕੇ ਆਇਆ, ਜੇ ਸਹੀ ਮਿਹਨਤ 'ਤੇ ਚੰਨੀ ਆਪਣੇ ਆਪ ਨੂੰ ਦੁੱਧ ਤੋਂ ਆਪਣੇ ਆਪ ਨੂੰ ਕਹਿਣਾ ਚਾਹੁੰਦਾ ਕਿ ਮੈਂ ਹੱਕ 'ਚ ਹੈ, ਅਤੇ ਇਮੀਜੀਏਟਲੀ ਅਸੈਂਬਲੀ ਤੋਂ ਪਹਿਲੇ ਪੰਜਾਬ ਕੈਬਨਿਟ ਪਹਿਲੇ ਪਾਸ ਕਰੇ ਕਿ ਆਹ ਜਿਹੜਾ 50 ਕਿਲੋਮੀਟਰ ਦਾ ਅਸੀਂ ਡਾਇਰੈਕਟ ਕਰਦੇ ਹਾਂ ਹੋਮ ਡਿਪਾਰਟਮੈਂਟ ਨੂੰ ਅਤੇ ਪੰਜਾਬ ਪੁਲਿਸ ਨੂੰ ਕਿ BSF ਦੀ ਕੋਈ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਪੰਜਾਬ ਕੈਬਨਿਟ ਕਰੇ, ਉਹਦੇ ਬਾਅਦ ਕੈਬਨਿਟ ਡਿਸੀਜਨ ਅਸੈਂਬਲੀ 'ਚ ਲਿਖਿਆ ਹੈ। ਇਕੱਲੇ ਅਸੈਂਬਲੀ 'ਚ ਲਿਆਉਣਾ ਅਤੇ ਅੱਖਾਂ 'ਚ ਮਿੱਟੀ ਪਾਉਣਾ ਹੈ। ਵਾਅਦੇ ਉਹਨਾਂ ਨੂੰ ਪਤਾ ਹੈ ਕਿ 2 ਮਹੀਨੇ ਬਾਅਦ ਸਰਕਾਰ ਚਲੇ ਜਾਣੀ ਹੈ, ਪੈਸੇ ਦੀ ਦੇਣ ਦੀ ਲੋੜ ਹੀ ਨਹੀਂ, ਕਿਉਂ ਪੈਸੇ ਤਾਂ ਨਿਕਲਣੇ ਨਹੀਂ 2 ਮਹੀਨੇ 'ਚ। ਤੋ ਇਸ ਕਰਕੇ ਜਿਵੇਂ ਕੈਪਟਨ ਨੇ ਝੂਠੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਈ ਦੀ ਸੀ, ਚੰਨੀ ਸਾਹਿਬ ਝੂਠੇ ਵਾਅਦਿਆਂ 'ਤੇ ਲੱਗੇ ਹੈ। ਸੋ ਇਸ ਕਰਕੇ ਇਰਰਿਸਪੋਂਸੀਬਲ ਚੀਫ ਮਿਨਿਸਟਰ ਚੰਨੀ ਸਾਹਿਬ ਬਣੇ ਬੈਠੇ ਹੈ, ਉਹਨਾਂ ਨੂੰ ਆਪ ਹੀ ਕੋਈ, ਉਹਨਾਂ ਦੇ ਵਿਧਾਇਕ ਹੀ ਨਹੀਂ ਮੰਨਦੇ ਚੀਫ ਮਿਨਿਸਟਰ। ਹੁਣ ਸੁੱਕੀ ਰੰਧਾਵਾ ਆਪਣੇ ਆਪ ਨੂੰ ਸੁਪਰ CM ਸਮਝਦਾ, ਨਵਜੋਤ ਸਿੱਧੂ ਆਪਣੇ ਆਪ ਨੂੰ CM ਸਮਝਿਆ, ਨਵਜੋਤ ਸਿੱਧੂ ਮੰਨਦਾ ਹੀ ਨਹੀਂ ਚੰਨੀ ਸਾਹਿਬ ਦੇ ਫੈਸਲਿਆਂ ਨੂੰ, ਅਤੇ ਹਾਲਾਤ ਕੀ ਹੈ ਪੰਜਾਬ ਦੇ? ਹੁਣ ਕੋਈ 4.5 ਸਾਲ ਹੋ ਗਏ, ਉਹ ਕੈਬਨਿਟ ਦੇ ਮੰਤਰੀ ਸੀ, ਉਦੋਂ ਕੀ ਕਿਸੇ ਨੇ ਉਹਨਾਂ ਨੇ ਆਵਾਜ਼ ਉਠਾਈ? ਅੱਜ ਝੂਠੇ ਇਸ਼ਤਿਹਾਰ ਦੇ ਕੇ ਜੀ 1 ਲੱਖ ਕਰੋੜ ਦੀ ਫੈਕਟਰੀਆਂ, ਸਾਰੇ ਝੂਠੇ ਇਸ਼ਤਿਹਾਰ ਹੈ, ਸਾਰੇ ਝੂਠੇ ਇਸ਼ਤਿਹਾਰ ਹੈ। ਨਾ ਉਹਨੇ ਇੱਕ ਨਾਂ ਨਹੀਂ ਦੱਸ ਸਕਦੇ। ਪਿਛਲੀ ਵਾਰ ਵੀ ਮੈਂ ਪੁੱਛਿਆ ਸੀ ਕੈਪਟਨ ਸਾਹਿਬ ਨੇ, ਉਦੋਂ ਵੀ ਝੂਠੇ ਇਸ਼ਤਿਹਾਰ ਦਿੱਤੇ ਸੀ ਜਦੋਂ ਕਿਹਾ ਸੀ ਮੈਂ 1 ਲੱਖ ਕਰੋੜ ਦੀ ਇਨਵੈਸਟਮੈਂਟ, ਅਤੇ ਮੈਂ ਚੰਨੀ ਸਾਹਿਬ ਨੂੰ ਪੁੱਛਿਆ ਸੀ ਅਤੇ ਉਹਨਾਂ ਨੇ ਕਿਹਾ ਇਕੱਲਾ ਪੈਚਵਾ ਕੀਤਾ। ਹੁਣ ਵੀ ਸਾਰੇ ਝੂਠੇ ਇਸ਼ਤਿਹਾਰ ਹੈ, ਖਜ਼ਾਨੇ ਦਾ ਪੈਸਾ ਲੁੱਟੀ ਜਾਂਦੇ ਹੈ, ਲੋਕਾਂ ਦਾ ਗੁੰਮਰਾਹ ਮਾਇੰਡ ਗੁੰਮਰਾਹ ਕਰ ਰਹੇ ਹੈ, ਕਰ ਕੁਛ ਨਹੀਂ ਰਹੇ। ਇਨਵੈਸਟਮੈਂਟ ਸਮਿਟ ਇਹਨਾਂ ਨੇ ਮੈਨੂੰ ਆਪ ਅਫਸਰਾਂ ਨੇ ਦੱਸਿਆ, ਇਹਨਾਂ ਨੇ ਇੰਡਸਟਰੀਸ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਕਹੋ ਕਿ ਮੈਂ 2000 ਕਰੋੜ ਲਾਊਂਗਾ, ਤੁਸੀਂ ਕਹੋ ਮੈਂ 1000 ਕਰੋੜ ਲਾਊਂਗਾ, ਤੁਸੀਂ ਕਹੋ ਮੈਨੂੰ ਇੰਡਸਟਰੀਸ ਨੇ ਆਪ ਕਿਹਾ। ਮੈਂ ਜੋ ਇੰਡਸਟਰੀਸ ਦਾ ਨਾਂ ਆਇਆ, ਮੈਂ ਉਹਨਾਂ ਨੂੰ ਪੁੱਛਿਆ ਕਿਹੜੀ ਲਾ ਰਹੇ ਹੋ, ਕਹਿੰਦਾ ਜੀ ਅਸੀਂ ਕੁਛ ਨਹੀਂ ਲਾ ਰਹੇ, ਸਾਨੂੰ ਤਾਂ ਕਿਹਾ ਗਿਆ ਕਿ ਸਾਨੂੰ ਇਹਨਾਂ ਨੇ ਐਕਸਾਈਜ਼ ਡਿਪਾਰਟਮੈਂਟ, ਇੰਡਸਟਰੀ ਡਿਪਾਰਟਮੈਂਟ ਨੇ ਕਿ ਥਾਂ ਨਾ ਲਓ। ਸਾਢੇ 4 ਸਾਲ ਤਾਂ ਮੈਂ ਕੋਈ ਦੇਖਿਆ ਨਹੀਂ ਬੰਦਾ, ਤੁਸੀਂ ਕੋਈ ਰਾਜਪੁਰੇ ਕੋਈ ਬੰਦਾ ਦੇਖਿਆ ਹੁੰਦਾ ਇਹਨਾਂ ਦੀ ਗੱਡੀ ਆਇਆ?
ਉਰੇ ਪੰਜਾਬ 450 ਦਾ ਦਿਖਿਆ ਨਹੀਂ, ਹੁਣੀ ਮਹੀਨੇ 'ਚ ਪਤਾ ਨਹੀਂ ਕੀ ਇੱਕ ਇੱਕ ਨਵੀਂ ਚੀਜ਼ ਆ ਰਹੀ ਹੈ, ਇੱਕ ਫੋਕਲ ਪੁਆਇੰਟ ਨਹੀਂ ਬਣਾਇਆ। ਮੈਂ ਹੁਣੀ ਅੰਮ੍ਰਿਤਸਰ ਗਿਆ ਸੀ, ਐਡਾ ਐਡਾ ਘਾਹ ਖੜਾ ਸੀ ਫੋਕਲ ਪੁਆਇੰਟਾਂ 'ਤੇ, ਸੜਕਾਂ ਟੁੱਟੀਆਂ ਪਈਆਂ। ਅਸੀਂ ਜਲਦੀ ਜਲਦੀ ਅਨਾਊਂਸ ਕਰਾਂਗੇ। ਆਹ ਤਾਂ ਆਹ ਰੋਜ਼ ਦਾ ਕੰਮ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ, ਅਤੇ ਰੋਜ਼ ਆ ਜਾਂਦੇ ਆ, ਰੋਜ਼ ਖੜ ਜਾਂਦੇ ਆ, ਝੰਡੇ ਬੰਨਦੇ, ਮੈਨੂੰ ਕੋਈ ਫਰਕ ਨਹੀਂ। ਮੈਂ ਤਾਂ ਕਹਿੰਦਾ ਕਾਲੇ ਕਾਨੂੰਨ ਸਾਰੇ ਵਾਪਸ ਕਰਾ ਕੇ ਆਉਣ, 800 ਜਾਨਾਂ ਚਲੇ ਗਈਆਂ, ਕੋਈ ਇਹੋ ਜਿਹਾ ਡਰਾਮਾ ਨਾ ਕਰਨ ਜਿਹਦੇ ਨਾਲ 800 ਲੋਕ ਜਿਹੜੇ ਮਾਰੇ ਗਏ ਹੈ ਉਹਨਾਂ ਦੇ ਪਰਿਵਾਰ ਸਵਾਲ ਪੁੱਛਣ ਕਿ ਸਾਡੀਆਂ ਜਾਨਾਂ ਦਾ ਮੁੱਲ ਕੀ ਹੋਇਆ। ਅਤੇ ਮੈਂ ਇੰਨਾ ਕਹਿਣਾ ਚਾਹੁੰਦਾ, ਰਾਜਪੁਰਾ ਸ਼ਹਿਰ ਨੂੰ ਮੋਹਾਲੀ ਵਾਂਗੂ ਡਿਵੈਲਪ ਕਰਾਂਗੇ, ਜਮਾਂ ਸੈਟੇਲਾਈਟ ਟਾਊਨ ਨੂੰ ਮੋਹਾਲੀ ਬਣਾਵਾਂਗੇ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।